ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ 15,000 ਦੇ ਕਰੀਬ ਲੋਕਾਂ ਦੇ ਨਾਲ 400 ਕਰੋੜ ਰੁਪਏ ਦੀ ਠੱਗੀ ਵੱਜੀ ਸੀ। 6 ਸਾਲ ਹੋ ਚੁੱਕੇ, ਪੰਜਾਬ ਦੇ ਵਿੱਚ ਸਰਕਾਰਾਂ ਬਦਲ ਗਈਆਂ, ਲੇਕਿਨ ਪੀੜਤ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਹੁਣ ED ਨੇ ਇਸ ਮਸਲੇ ਦੀ ਜਾਂਚ ਕਰਨ ਦਾ ਫੈਸਲਾ ਲਿਆ ਹੈ। ਸਾਲ 2016 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 15,000 ਦੇ ਕਰੀਬ ਲੋਕਾਂ ਕੋਲੋਂ ਪੈਸਾ ਫਾਈਨਾਂਸ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਉਹਨਾਂ ਨੇ ਆਪਣੇ ਨਿੱਜੀ ਵਫਾਦਾਂ ਲਈ ਪੈਸੇ ਹੋਰ ਜਗ੍ਹਾ ਵਰਤੇ। ਲੋਕ ਤੜਪਦੇ ਰਹੇ, ਮਰਦੇ ਰਹੇ, ਭੁੱਖ ਹੜਤਾਲ ਰੱਖਦੇ ਰਹੇ, ਧਰਨੇ ਦਿੰਦੇ ਰਹੇ, ਇਨਸਾਫ ਮੰਗਦੇ ਰਹੇ, ਲੇਕਿਨ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੀੜਤ ਲੋਕਾਂ ਨੂੰ ਇਨਸਾਫ ਮਿਲਿਆ ਅਤੇ ਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਨਸਾਫ ਮਿਲਿਆ ਅਤੇ 6 ਮਹੀਨੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਹੋ ਚੁੱਕੇ, ਲੋਕਾਂ ਨੂੰ ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਅਤੇ ਜਦ ਮਸਲਾ ED ਕੋਲ ਪਹੁੰਚਿਆ ਅਤੇ ਹੁਣ ਇਸ ਮਸਲੇ ਦੇ ਵਿੱਚ ED ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਲ ਇੱਦਾਂ ਕਿ ਅੰਮ੍ਰਿਤਸਰ ਦੇ ਵਿੱਚ ਸਾਲ 2016 ਦਾ ਵਾਕਿਆ, ਉੱਥੋਂ ਦੇ ਕਰੀਬ 15,000 ਤੋਂ ਵੱਧ ਲੋਕਾਂ ਨਾਲ 400 ਕਰੋੜ ਰੁਪਏ ਦੀ ਠੱਗੀ ਵੱਜੀ ਸੀ। ਜਦ ਠੱਗੀ ਵੱਜੀ ਤਾਂ ਸਾਰੇ ਲੋਕਾਂ ਨੇ ਜਿਹੜੀ, ਕਿਉਂਕਿ ਬੜੀ ਮਿਹਨਤ ਦੇ ਨਾਲ ਲੋਕਾਂ ਨੇ ਪੂੰਜੀ ਇਕੱਠੀ ਕੀਤੀ ਹੁੰਦੀ ਆ, ਅਤੇ ਜਿਹੜੇ ਸਬਜ਼ ਬਾਗ ਦਿਖਾਏ ਗਏ, ਫਿਰ ਉਹਨਾਂ ਦੇ ਨਾਲ ਠੱਗੀ ਵੱਜੀ ਅਤੇ ਜਿਨ੍ਹਾਂ ਨੇ ਠੱਗੀ ਮਾਰੀ ਉਹਨਾਂ ਦੇ ਜਿਹੜੇ ਸੰਬੰਧ ਨੇ ਉਹ ਸਿਆਸੀ ਲੋਕਾਂ ਦੇ ਨਾਲ ਸੀ। ਸਿਆਸੀ ਲੋਕ ਦੀ ਛਤਰ ਸਾਇਆ ਹੇਠ ਕਰਕੇ, ਇਸ ਕਰਕੇ ਜਿਹੜੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਸੀ। ਹਾਲਾਂਕਿ 2 ਮੁਕੱਦਮੇ ਵੀ ਦਰਜ ਹੋ ਚੁੱਕੇ, ਜਿਹੜੇ 15,000 ਲੋਕਾਂ ਦੇ ਨਾਲ ਠੱਗੀ ਵੱਜੀ 400 ਕਰੋੜ ਰੁਪਏ ਦੀ, ਅਤੇ ਸਮੇਂ ਸਮੇਂ ਦੇ ਸਰਕਾਰਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਵੀ ਗਠਨ ਕੀਤਾ ਗਿਆ 2016 ਦੇ ਵਿੱਚ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਅਤੇ ਫਿਰ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਜਾਂਦੀ ਆ, ਅਤੇ 2 ਮੁਕੱਦਮੇ ਦਰਜ ਹੁੰਦੇ ਨੇ, 2 ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਹੁੰਦਾ, ਲੇਕਿਨ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਲੋਕ ਤੜਫਦੇ ਰਹੇ, ਸਰਕਾਰੀ ਦਰਬਾਰੇ ਕੁੰਡੇ ਖੜਕਾਉਂਦੇ ਰਹੇ, ਦਰਵਾਜ਼ੇ ਖੜਕਾਉਂਦੇ ਰਹੇ, ਲੇਕਿਨ ਕਿਸੇ ਨੇ ਵੀ ਬਾਂਹ ਨਹੀਂ ਫੜੀ ਅਤੇ ਕਿਸੇ ਨੇ ਫਿਰ ਇਨਸਾਫ ਕੀ ਦੇਣਾ ਸੀ। ਹਾਲਾਂਕਿ ਲੋਕਾਂ ਨੇ ਬੜੇ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ, ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕਿਉਂਕਿ ਜਿਹੜਾ ਪੀੜਤ ਇਨਸਾਨ ਹੁੰਦਾ ਜਾਂ ਪੀੜਤ ਵਿਅਕਤੀ ਹੁੰਦੇ ਨੇ, ਉਹ ਹਰ ਇੱਕ ਦਾ ਦਰਵਾਜ਼ਾ ਖੜਕਾਉਂਦੇ ਕਿ ਕਿਤੇ ਨਾ ਕਿਤੇ ਤਾਂ ਇਨਸਾਫ ਮਿਲੂਗਾ। CBI ਨੂੰ ਵੀ ਉਹ ਸ਼ਿਕਾਇਤਾਂ ਕਰਦੇ ਰਹੇ, ਪਰ ਹੁਣ 8 ਸਾਲ ਕਰੀਬ ਹੋਣ ਵਾਲੇ ਇਸ ਪੂਰੇ ਮਸਲੇ ਦੇ ਵਿੱਚ, ਜਦੋਂ ਦੀ ਸ਼ੁਰੂਆਤ ਹੋਈ ਸੀ, ਕਿਉਂਕਿ ਚਾਹੇ 2016 ਦੇ 15,000 ਤੋਂ ਵੱਧ ਲੋਕਾਂ ਨੇ ਠੱਗੀ ਵੱਜੀ, ਲੇਕਿਨ ਸ਼ੁਰੂਆਤ ਉਹਦੀ ਕੋਈ 2014-15 ਦੇ ਵਿੱਚ ਸ਼ੁਰੂ ਹੋ ਚੁੱਕੀ ਸੀ। ਹੁਣ ਲੋਕਾਂ ਨੇ ਬੇਨਤੀ ਕੀਤੀ ਸੀ, ਜਿਹੜੇ ਮਰਹੂਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਰਹੇ ਨੇ, ਉਹਨਾਂ ਦੀ ਇੱਕ ਸੰਸਥਾ ਚੱਲਦੀ ਰਹੀ ਹੈ PHRO, ਪੰਜਾਬ ਹਿਊਮਨ ਰਾਈਟ ਔਰਗੇਨਾਈਜੇਸ਼ਨ, ਉਹਨਾਂ ਕੋਲ ਅਪੀਲ ਕੀਤੀ, ਪਹੁੰਚ ਕੀਤੀ, ਅਤੇ ਫਿਰ ਇਸ ਪੂਰੇ ਕੇਸ ਦੀ ਜਿਹੜੀ ਪੈਰਵਾਈ ਆ ਉਹ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕੀਤੀ। ਉਹਨਾਂ ਨੇ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੇ ਲੋਕਾਂ ਦੀ ਬਾਂਹ ਫੜੀ ਆ, ਇਨਸਾਫ ਦਵਾਇਆ ਗਾ, ਹਾਈਕੋਰਟ ਤੱਕ, ਸੁਪਰੀਮ ਕੋਰਟ ਤੱਕ ਉਹ ਕੇਸ ਲੜਦੇ ਨੇ, ਅਤੇ ਪੀੜਤਾਂ ਦਾ ਵੀ ਰੋਸ ਸੀ ਕਿ ਸਿਆਸੀ ਦਬਾਅ ਕਰਕੇ ਪੁਲਿਸ ਨੇ ਜਿਹੜਾ ਮੁਕੱਦਮਾ ਦਰਜ ਕੀਤਾ, ਕਈ ਉਹਦੇ 'ਚ ਤੱਥ ਸ਼ਾਮਿਲ ਨਹੀਂ ਕੀਤੇ, ਜਾਣ ਬੁੱਝ ਕੇ ਲੁਕੋ ਲਏ ਗਏ ਅਤੇ ਜਾਣ ਬੁੱਝ ਕੇ ਪਾਸੇ ਰੱਖੇ ਗਏ, ਸਹੀ ਤੱਥ ਪੇਸ਼ ਨਹੀਂ ਕੀਤੇ ਹੈਗੇ ਅਤੇ ਜਾਣ ਬੁੱਝ ਕੇ ਕੇਸ ਨੂੰ ਕਮਜ਼ੋਰ ਕੀਤਾ ਗਿਆ,
ਤਾਂ ਜੋ ਜਿਹੜੇ ਕਸੂਰਵਾਰ ਲੋਕ ਨੇ ਉਹਨਾਂ ਨੂੰ ਫਾਇਦਾ ਹੋਵੇ ਅਤੇ ਜਿਹੜੇ ਇਨਸਾਫ ਮੰਗਦੇ ਨੇ ਉਹ ਇੱਦਾਂ ਹੀ ਲੋਕ ਤੜਫਦੇ ਰਹਿਣ। ਅਤੇ ਉਹ ਲਗਾਤਾਰ ਪਿਛਲੇ 6-7-8 ਸਾਲ ਤੋਂ ਤੜਫ ਰਹੇ ਨੇ, ਇਨਸਾਫ ਨਹੀਂ ਮਿਲਿਆ, ਲੇਕਿਨ ਹੁਣ ਉਹਨਾਂ ਨੂੰ ਇਨਸਾਫ ਦੀ ਆਸ ਬੱਝੀ ਆ। ਹੁਣ 15,000 ਤੋਂ ਵੱਧ ਜਿਹੜੇ ਕਰੀਬ ਲੋਕ ਸੀ ਜਿਨ੍ਹਾਂ ਨੇ ਪੂੰਜੀ ਇਕੱਠੀ ਕੀਤੀ, ਜਿਨ੍ਹਾਂ ਨੂੰ ਸਬਜ਼ ਬਾਗ ਦਿਖਾਏ ਗਏ ਸੀ, ਉਹਨਾਂ ਦੀ ਜਿਹੜੀ ਰਕਮ ਜਿਹੜੀ ਜਿਹੜੇ ਉੱਥੇ ਜਿਨ੍ਹਾਂ ਨੇ ਕਰਤਾ ਧਰਤਾ ਸਨ, ਮੋਹਰੀ ਸਨ ਲੋਕ ਜਿਨ੍ਹਾਂ ਨੇ ਠੱਗੀ ਮਾਰੀ ਨੇ, ਉਹਨਾਂ ਨੇ ਉਹਨਾਂ ਨੂੰ ਧੋਖੇ ਵਿੱਚ ਰੱਖਦੇ ਹੋਏ 15,000 ਲੋਕਾਂ ਦੇ ਜਿਹੜਾ ਪੈਸਾ ਇਕੱਠਾ ਕੀਤਾ, ਲਗਭਗ 400 ਕਰੋੜ ਰੁਪਈਆ ਸੀ, ਉਹਨਾਂ ਨੂੰ ਆਪਣੇ ਨਿੱਜੀ ਲਾਭ ਵਾਸਤੇ, ਮੁਨਾਫੇ ਵਾਸਤੇ, ਨਿੱਜੀ ਮੁਫਾਦਾਂ ਵਾਸਤੇ ਬਹੁਤ ਸਾਰੀਆਂ ਗੈਰ ਕਾਨੂੰਨੀ ਜਾਂ ਕਈ ਕਲੋਨੀਆਂ ਦੇ ਵਿੱਚ, ਗੈਰ ਕਾਨੂੰਨੀ ਪਲੱਸ ਦੂਜੀਆਂ ਕਲੋਨੀਆਂ ਦੇ ਵਿੱਚ ਵੀ ਉਹਨਾਂ ਨੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੈਸਾ ਲਾਇਆ। ਨਜਾਇਜ਼ ਅਤੇ ਹੋਰ ਜਿਹੜੀਆਂ ਕਲੋਨੀਆਂ ਸੀ ਉਹ ਕੱਟੀਆਂ ਵੀ, ਅਤੇ ਨਾਲ ਦੀ ਨਾਲ ਇਹ ਵੀ ਪਤਾ ਲੱਗਿਆ ਸੀ, ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹਨਾਂ 'ਚੋਂ ਬਹੁਤੇ ਲੋਕਾਂ ਨੇ ਆਪਣੇ ਜਿਹੜੇ ਲੋਕਾਂ ਕੋਲ 15,000 ਤੋਂ ਵੱਧ ਲੋਕਾਂ ਕੋਲ 400 ਕਰੋੜ ਰੁਪਇਆ ਇਕੱਠਾ ਕੀਤਾ, ਕਈ ਕਲੋਨੀਆਂ 'ਚ ਵੀ ਲਾਇਆ, ਕਈ ਕਲੋਨੀਆਂ ਵੀ ਕੱਟੀਆਂ, ਅਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹ ਪੈਸਾ ਲਾਇਆ। ਹੁਣ ਇਹ ਮਸਲਾ ਜਦ ED ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੰਨਿਆ ਜਾ ਰਿਹਾ ਕਿ ਉਹਨਾਂ ਨੇ ED ਨੇ ਇਨਫੋਰਸਮੈਂਟ ਡਾਇਰੈਕਟੋਰੇਟ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਆਉਂਦੀ ਆ, ਇਟ ਮੀਨ ਇਹ ਕਿ ਜਿਹੜਾ ਮਨੀ ਲਾਂਡਰਿੰਗ ਵੀ ਹੋਈ ਆ, ਪੈਸਾ ਪੰਜਾਬ ਤੋਂ ਭਾਰਤ 'ਚੋਂ ਬਾਹਰ ਵੀ ਗਿਆ ਅਤੇ ਸ਼ਾਇਦ ਬਾਹਰੋਂ ਫਿਰ ਪੈਸਾ ਪੰਜਾਬ ਦੇ ਵਿੱਚ ਵੀ ਆਇਆ ਹੋਵੇ। ED ਦੀ ਉਦੋਂ ਹੀ ਐਂਟਰੀ ਹੁੰਦੀ ਆ ਜਦੋਂ ਪੈਸਾ ਮਨੀ ਲਾਂਡਰਿੰਗ ਦਾ ਮਸਲਾ ਆਉਂਦਾ। ਹੁਣ ED ਨੇ ਪੰਜਾਬ ਪੁਲਿਸ ਕੋਲੋਂ, ਪੰਜਾਬ ਸਰਕਾਰ ਕੋਲੋਂ ਲਗਭਗ 15 ਕਲੋਨੀਆਂ ਦੀ ਡਿਟੇਲ ਮੰਗੀ ਆ, ਜਿਹਦੇ 'ਚ ਜੋ ਸਰਬਜੀਤ ਸਿੰਘ ਵੇਰਕਾ ਹੋਣੀ ਦੱਸਦੇ ਨੇ, ਉਹਦੇ 'ਚ ਗ੍ਰੀਨ ਸਿਟੀ, ਜੰਡ ਪੀਰ ਕਲੋਨੀ, DS ਅਸਟੇਟ, ਬਿਊਟੀ ਐਵੀਨਿਊ, ਰੋਇਲ ਅਸਟੇਟ, 7 ਏਕੜ ਅਸਟੇਟ, ਆਸ਼ੀਆਨਾ, ਅਨਮੋਲ ਇਨਕਲੇਵ, ਦਾਰਾ ਅਸਟੇਟ ਸਮੇਤ ਕਈ ਇੱਦਾਂ ਦੀਆਂ 15 ਕਲੋਨੀਆਂ ਨੇ ਜਿੱਥੇ ਪੈਸਾ ਲੱਗਾ ਸੀ, ਅਤੇ ਉਹ ਹੁਣ ਪੂਰੇ ਦਾ ਪੂਰੀ ਜਿਹੜੀ ਜਾਣਕਾਰੀ ਆ ਉਹ ED ਨੇ ਇਹਨਾਂ ਕੰਪਨੀਆਂ ਕੋਲੋਂ ਵੀ ਮੰਗ ਲਈ ਆ, ਅਤੇ ਨਾਲ ਦੀ ਨਾਲ ਪੰਜਾਬ ਪੁਲਿਸ ਕੋਲ ਵੀ, ਪੰਜਾਬ ਸਰਕਾਰ ਕੋਲੋਂ ਵੀ, ਕਿਉਂਕਿ ਅੰਮ੍ਰਿਤਸਰ ਦੀ ਪੁਲਿਸ ਨੇ 2 ਮੁਕੱਦਮੇ ਦਰਜ ਕੀਤੇ ਸੀ, ਅਤੇ SIT ਨੇ ਪਿਛਲੇ 6-7 ਸਾਲ ਦੇ ਵਿੱਚ ਇਹਨਾਂ ਮਸਲਿਆਂ ਦੇ ਵਿੱਚ ਕੀ ਕੁਝ ਕੀਤਾ ਉਹ ਵੀ ਰਿਪੋਰਟਾਂ ਮੰਗ ਲਈਆਂ ਨੇ ED ਨੇ। ਹੁਣ ਜਿਹੜੇ ਇਸ ਕੇਸ ਦੀ ਲਗਾਤਾਰ ਪੈਰਵੀ ਕਰ ਰਹੇ ਨੇ ਸਰਬਜੀਤ ਵੇਰਕਾ, ਉਹਨਾਂ ਮੁਤਾਬਕ ਕਿ ਇਹ ED ਦੀ ਜਿਹੜੀ ਜਾਂਚ ਸ਼ੁਰੂ ਹੋ ਚੁੱਕੀ ਆ, ਇਹ ਪੈਸਾ ਕਿਹੜੀਆਂ ਕਿਹੜੀਆਂ ਕਲੋਨੀਆਂ 'ਚ ਡਿਵਰਟ ਕੀਤਾ ਗਿਆ, ਕਿਹੜੀਆਂ ਕਿਹੜੀਆਂ ਕਲੋਨੀਆਂ 'ਚ ਲੱਗਿਆ, ਕਿਆ ਉਹ ਕਲੋਨੀਆਂ ਕਾਨੂੰਨੀ ਸੀ ਜਾਂ ਨਜਾਇਜ਼ ਸੀ ਜਾਂ ਗੈਰ ਕਾਨੂੰਨੀ ਸੀ, ਅਤੇ ਪਲੱਸ ਕਲੋਨੀਆਂ ਤੋਂ ਇਲਾਵਾ ਜਿਹੜੀਆਂ ਕੱਟੀਆਂ ਗਈਆਂ ਨੇ ਕਲੋਨੀਆਂ, ਪੈਸਾ ਇਨਵੈਸਟ ਕੀਤਾ ਗਿਆ, ਡਿਵਰਟ ਕੀਤਾ ਗਿਆ, ਅਤੇ ਨਾਲ ਦੀ ਨਾਲ ਉਹ ਕਿਹੜੀਆਂ ਕਿਹੜੀਆਂ ਪੰਜਾਬੀ ਫਿਲਮਾਂ ਸੀ ਜਿਨ੍ਹਾਂ 'ਚ ਪੈਸਾ ਲੱਗਾ। ਹੁਣ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਪੰਜਾਬੀ ਫਿਲਮਾਂ ਬਣਦੀਆਂ ਨੇ, ਪਰ ਕਿਉਂਕਿ ਪੂਰਾ ਅੰਮ੍ਰਿਤਸਰ ਦਾ ਮਸਲਾ, ਤਾਂ ਕੀ ਅੰਮ੍ਰਿਤਸਰ ਦੇ ਜਿਹੜੇ ਲੋਕਾਂ ਨੇ, ਲੋਕਾਂ ਦੇ 15,000 ਲੋਕਾਂ ਤੋਂ ਵੱਧ ਠੱਗੀ ਮਾਰੀ, ਉਹਨਾਂ ਦੀ ਕਿਹੜੇ ਕਿਹੜੇ ਪ੍ਰੋਡਿਊਸਰਾਂ ਦੇ ਪੰਜਾਬੀ ਫਿਲਮਾਂ ਦੇ ਜਾਂ ਹਿੰਦੀ ਫਿਲਮਾਂ ਦੇ ਪ੍ਰੋਡਿਊਸਰਾਂ ਦੇ ਨਾਲ ਸਾਂਝ ਸੀ ਜਾਂ ਹੋਰ ਰਿਸ਼ਤੇ ਸਨ, ਜਾਂ ਪੈਸਾ ਕਿਹਦੇ ਥਰੂ ਲੱਗਾ ਜਾਂ ਲੱਗਾ ਅਤੇ ਕਿੰਨਾ ਲੱਗਾ ਅਤੇ ਕਿਹਦਾ ਕਿਹਦਾ ਲੱਗਾ ਅਤੇ ਕਿਹੜੀ ਕਿਹੜੀ ਫਿਲਮ ਦੇ ਵਿੱਚ ਲੱਗਾ, ਇਹ ਸਾਰੇ ਮਸਲੇ ਦੀ ਹੁਣ ਜਿਹੜੀ ਜਾਂਚ ਆ ਉਹ ED ਕਰ ਗਏ। ਇੱਕ ਮਸਲੇ ਦੇ ਵਿੱਚ ਕਿਉਂਕਿ ਲੋਕਾਂ ਨੇ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ, ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਉਸ ਸਮੇਂ ਦੇ ਅਕਾਲੀ ਕੌਂਸਲਰ ਨੂੰ ਵੀ ਲਗਭਗ 50,000 ਰੁਪਏ ਦਾ ਜੁਰਮਾਨਾ ਵੀ ਪਾਇਆ ਸੀ। ਉਹਨਾਂ ਦਾ ਵੱਡਾ ਰੋਲ ਇਸ ਦੇ ਵਿੱਚ ਮੰਨਿਆ ਜਾਂਦਾ ਹੈਗਾ। ਅਤੇ ਹੁਣ
ਇਹ ਵੀ ਹੈ ਕਿ ਜਿਹੜੇ ਸਰਬਜੀਤ ਸਿੰਘ ਵੇਰਕਾ ਕੋਲ ਜਦੋਂ ਲੋਕ ਪਹੁੰਚੇ ਜਾਂ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਹਦੇ ਪ੍ਰਧਾਨ ਔਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ, ਸੀਨੀਅਰ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ, ਜਦ ਉਹਨਾਂ ਕੋਲ ਲੋਕ ਪਹੁੰਚੇ ਅਤੇ ਇੰਨਾ ਰਿਕਾਰਡ ਇਕੱਠਾ ਹੋ ਗਿਆ ਅਤੇ ਜਦ ਉਹਨਾਂ ਨੇ ਪੂਰੇ ਰਿਕਾਰਡ ਦੀ ਰਿਪੋਰਟ ਕੰਪਾਈਲ ਕੀਤੀ, ਰਿਪੋਰਟ ਤਿਆਰ ਕੀਤੀ ਅਤੇ ਦੱਸਿਆ ਜਾ ਰਿਹਾ ਸਰਬਜੀਤ ਸਿੰਘ ਵੇਰਕਾ ਮੁਤਾਬਕ ਕਿ ਉਹ ਜਿਹੜੀ ਰਿਪੋਰਟ ਔਰਗੇਨਾਈਜੇਸ਼ਨ ਸੰਗਠਨ ਵੱਲੋਂ ਤਿਆਰ ਕੀਤੀ ਗਈ ਉਹ ਲਗਭਗ 4000 ਪੰਨਿਆਂ ਦੀ ਰਿਪੋਰਟ ਤਿਆਰ ਹੋ ਗਈ ਸੀ। ਮਤਲਬ 4000 ਪੰਨਿਆਂ ਦਾ ਤੁਸੀਂ ਆਪ ਹਿਸਾਬ ਲਾ ਲਓ, ਅੰਦਾਜ਼ਾ ਲਗਾ ਲਓ ਕਿ ਕਿੰਨੀ ਉਸ ਪੰਜਾਬ ਹਿਊਮਨ ਰਾਈਟ ਔਰਗੇਨਾਈਜੇਸ਼ਨ ਨੇ ਤਿਆਰੀ ਕੀਤੀ, ਕਿੰਨੀ ਉਹਨਾਂ ਨੇ ਮਿਹਨਤ ਕੀਤੀ, ਕਿੰਨੀ ਪੂਰੀ ਰਿਪੋਰਟ ਤਿਆਰ ਕੀਤੀ, 15000 ਲੋਕਾਂ ਕੋਲੋਂ ਕੀ ਉਹਨਾਂ ਨੇ ਐਫੀਡੇਵਿਟ ਲਏ ਉਹਨੇ, ਕੀ ਉਹਨਾਂ ਕੋਲ ਰਿਕਾਰਡ ਲਿਆ ਹੋਊਗਾ, ਕੰਪਨੀਆਂ ਦਾ ਕੀ ਰਿਕਾਰਡ ਹੋਊਗਾ, ਕਿੰਨੇ ਪੈਸੇ ਜਮ੍ਹਾਂ ਕਰਾਏ, ਕਿੰਨੀ ਤਰੀਕ ਨੂੰ ਕਰਾਏ, ਚੈੱਕ ਦਿੱਤੇ, ਕੈਸ਼ ਦਿੱਤੇ, ਔਨਲਾਈਨ ਟ੍ਰਾਂਸਫਰ ਕੀਤੇ, ਉਹ ਸਾਰਾ ਰਿਕਾਰਡ ਜਦੋਂ ਇਕੱਠਾ ਕੀਤਾ ਤਾਂ ਉਹ ਲਗਭਗ 4000 ਪੇਜ ਬਣ ਗਿਆ। ਹੁਣ ਸ਼ਹਿਰ ਦੀ ਅੰਮ੍ਰਿਤਸਰ ਦੀ ਪੁਲਿਸ ਦੇ ਹਾਲਾਤ ਇਹ ਦੇਖ ਲਓ, 2 ਮੁਕੱਦਮੇ ਦਰਜ ਕੀਤੇ, ਸਰਕਾਰ ਨੇ 2 SIT ਵੀ ਬਣਾ ਦਿੱਤੀਆਂ, ਲੇਕਿਨ ਅੰਮ੍ਰਿਤਸਰ ਪੁਲਿਸ ਨੇ ਜਿਹੜੀ ਆ ਪੰਜਾਬ ਹਿਊਮਨ ਰਾਈਟ ਔਰਗੇਨਾਈਜੇਸ਼ਨ ਸੰਗਠਨ ਵੱਲੋਂ 4000 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਆ, ਉਹ ਪੰਜਾਬ ਪੁਲਿਸ ਨੇ ਉਹ ਰਿਪੋਰਟ ਵੇਖੀ ਨਹੀਂ, ਕਿਉਂਕਿ ਜੇ ਰਿਪੋਰਟ ਵੇਖਦੇ, ਰਿਪੋਰਟ ਪੜ੍ਹਦੇ, ਰਿਪੋਰਟ ਨੂੰ ਆਪਣੀ ਰਿਪੋਰਟ ਦੇ ਵਿੱਚ ਸ਼ਾਮਿਲ ਕਰਦੇ ਤਾਂ ਫਿਰ ਉਹ ਠੱਗੀ ਜਿਹੜੀ ਲੋਕਾਂ ਨੂੰ ਇਨਸਾਫ ਮਿਲ ਜਾਣਾ ਸੀ, ਲੇਕਿਨ ਪੰਜਾਬ ਪੁਲਿਸ ਇਨਸਾਫ ਨਹੀਂ ਦੇਣਾ ਚਾਹੁੰਦੀ ਸੀ, ਇਸ ਕਰਕੇ ਜਿਹੜੀ ਸਰਬਜੀਤ ਸਿੰਘ ਵੇਰਕਾ ਹੋਣਾ ਦੀ ਰਿਪੋਰਟ ਆ 4000 ਪੰਨਿਆਂ ਦੀ, ਉਹਨੂੰ ਸ਼ਾਇਦ ਰੱਦੀ ਦੀ ਟੋਕਰੀ 'ਚ ਸੁੱਟ ਦਿੱਤਾ ਹੋਵੇ ਅਤੇ 4000 ਪੰਨਿਆਂ ਦੀ ਲਾ ਲਓ, ਸ਼ਾਇਦ ਰੱਦੀ ਵੇਚ ਵੀ ਦਿੱਤੀ ਹੋਊ ਅਤੇ ਘੱਟੋ ਘੱਟ ਪੁਲਿਸ ਵਾਲਿਆਂ ਦੀ 1 ਮਹੀਨੇ ਦੀ ਚਾਹ ਦਾ ਖਰਚਾ ਤਾਂ ਨਿਕਲ ਗਿਆ ਹੋਣਾ, ਕਿਉਂਕਿ ਜੇ ਉਹ ਰਿਪੋਰਟ ਨੂੰ ਸ਼ਾਮਿਲ ਕਰਦੇ ਤਾਂ ਲਾਜ਼ਮੀ ਤੌਰ 'ਤੇ ਜਿਨ੍ਹਾਂ ਦੇ ਕਸੂਰਵਾਰ ਲੋਕਾਂ ਦੇ, ਠੱਗਾਂ ਦੇ, ਪੋਲੀਟੀਕਲ ਲੋਕਾਂ ਦਾ ਹੱਥ ਸੀ ਉਹ ਨਸ਼ਰ ਹੋ ਜਾਣੇ ਸੀ, ਸਾਰਿਆਂ ਦੇ ਸਾਹਮਣੇ ਜੱਗ ਜ਼ਾਹਰ ਹੋ ਜਾਣੇ ਸੀ ਕਿ ਕਿੰਨੇ ਕਿੰਨੇ ਠੱਗੀ ਮਾਰੀ ਆ ਅਤੇ ਠੱਗਾਂ ਦੇ ਠੱਗ ਕੌਣ ਨੇ, ਠੱਗਾਂ ਦੇ ਮਾਈ ਬਾਪ ਕੌਣ ਨੇ, ਉਹ ਸਾਰੇ ਫੜੇ ਜਾਣੇ ਸੀ। ਹੁਣ ਜਿਹੜੇ ਪੀੜਿਤ ਪਰਿਵਾਰ ਨੇ 15000 ਲੋਕਾਂ ਤੋਂ ਵੱਧ, ਉਹ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਧਰਨਾ ਵੀ ਲਾਉਂਦੇ ਰਹੇ ਪਰ ਫਿਰ ਵੀ ਇਨਸਾਫ ਨਹੀਂ ਮਿਲਿਆ ਗਾ। ਅਤੇ ਜਦੋਂ ਅਖੀਰ 10 ਜੁਲਾਈ 2016 ਨੂੰ ਵੱਡਾ ਧਰਨਾ ਲਾਇਆ ਗਿਆ ਅਤੇ ਫਿਰ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਥੋੜ੍ਹੀ ਜਿਹੀ ਲੋਕਾਂ ਨੂੰ ਇਨਸਾਫ ਦਵਾਉਣ ਦੀ ਸ਼ੁਰੂਆਤ ਕੀਤੀ ਅਤੇ ਇੱਕ ਪਰਚਾ ਦਰਜ ਕਰ ਦਿੱਤਾ ਗਾ। ਹੁਣ ਪਰਚਾ ਤਾਂ ਦਰਜ ਕਰਤਾ ਲੋਕਾਂ ਦੇ ਦਬਾਅ ਹੇਠ, ਲੇਕਿਨ ਪਰਚੇ ਦੇ ਵਿੱਚ ਇੰਨੀਆਂ ਕਮੀਆਂ ਅਤੇ ਕਮਜ਼ੋਰੀਆਂ ਰੱਖ ਲਈਆਂ ਅਤੇ ਫਿਰ ਸਿਆਸੀ ਲੋਕਾਂ ਦੇ ਦਬਾਅ ਹੇਠ ਜਿਹੜੀਆਂ ਕਮੀਆਂ ਅਤੇ ਕਮਜ਼ੋਰੀਆਂ ਰੱਖੀਆਂ ਸੀ ਅਤੇ ਲਾਜ਼ਮੀ ਤੌਰ 'ਤੇ ਜਦ FIR ਦੇ ਵਿੱਚ ਹੀ ਲੂਪਹੋਲ ਛੱਡ ਦਿਉ, ਕਮੀਆਂ ਛੱਡ ਦਿਉ, ਕਮਜ਼ੋਰੀਆਂ ਛੱਡ ਦਿਉ ਅਤੇ ਜਿਹੜੇ ਕਸੂਰਵਾਰ ਲੋਕ ਉਹਨਾਂ ਨੂੰ ਜ਼ਮਾਨਤ 'ਤੇ ਮਿਲ ਹੀ ਜਾਣੀ ਸੀ, ਉਹੀ ਹੋਇਆ ਜੋ ਹੋਣਾ ਸੀ, ਕਿਉਂਕਿ ਪੋਲੀਟੀਕਲ ਲੋਕਾਂ ਦਾ ਹੱਥ ਸੀ ਠੱਗਾਂ ਦੇ ਉੱਪਰ ਅਤੇ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਏ ਨੇ, ਕੇਸ ਦਰਜ ਹੋਏ ਨੇ, ਉਹਨਾਂ ਨੂੰ ਜ਼ਮਾਨਤਾਂ ਵੀ ਮਿਲ ਗਈਆਂ, ਲੇਕਿਨ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਇਹ ਹੁਣ 400 ਕਰੋੜ ਦੀ ਜਿਹੜੀ ਠੱਗੀ ਆ ਉਹ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਦੀ ਜਾਂਚ ਸ਼ੁਰੂ ਕਰ ਦਿੱਤੀ ਆ। ਹੁਣ ਬਹੁਤ ਸਾਰੇ ਲੋਕ ਫੜੇ ਜਾਣਗੇ ਕਿ ਇਹਦੇ ਵਿੱਚ ਠੱਗਾਂ ਦੇ ਵਿੱਚ ਠੱਗਾਂ ਦੇ ਠੱਗ ਅਤੇ ਕਿੰਨੇ ਕਿੰਨੇ ਕਿੰਨੀ ਠੱਗੀ ਮਾਰੀ, ਕਿੱਥੇ ਕਿੱਥੇ ਪੈਸਾ ਲੱਗਾ, ਕਿਹੜੀ ਕਿਹੜੀ ਕਲੋਨੀ ਕੱਟੀ ਗਈ, ਕਿਹੜੇ ਕਿਹੜੇ ਨਜਾਇਜ਼ ਅਤੇ ਜਾਇਜ਼ ਥਾਵਾਂ 'ਤੇ ਪਲਾਟ ਕੱਟੇ ਗਏ, ਕਲੋਨੀਆਂ ਕੱਟੇ ਗਈਆਂ, ਕਿਹੜੀ ਕਿਹੜੀ ਪੰਜਾਬੀ ਫਿਲਮ ਦਾ ਵਿੱਚ ਪੈਸਾ ਲੱਗਾ, ਉਸ ਫਿਲਮ ਦਾ ਹੀਰੋ ਕਿਹੜਾ ਸੀ, ਹੀਰੋਇਨ ਕਿਹੜੀ ਸੀ, ਪ੍ਰੋਡਿਊਸਰ ਕਿਹੜਾ ਸੀ, ਉਸ ਫਿਲਮ ਦਾ ਡਾਕੂ ਕਿਹੜਾ ਸੀ, ਜਿੰਨੇ ਵੀ ਪਾਤਰ ਨੇ ਠੱਗਾਂ ਦੇ ਠੱਗ ਅਤੇ ਸਿਆਸੀ ਲੋਕ ਅਤੇ ਫਿਲਮਾਂ ਦੇ ਪ੍ਰੋਡਿਊਸਰ ਜਾਂ ਐਕਟਰ, ਉਹ ਲਾਜ਼ਮੀ ਤੌਰ 'ਤੇ ED ਦੇ ਡਿੱਕੇ ਦੇ ਵਿੱਚ ਆ ਗਏ ਨੇ।
ਹੁਣ ਈਡੀ ਨੇ ਤੇ 400 ਕਰੋੜ ਰੁਪਏ ਦੀ ਜਿਹੜੀ ਠੱਗੀ ਆ ਉਹਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਆ ਅਤੇ ਲਾਜ਼ਮੀ ਤੌਰ 'ਤੇ ਹੁਣ ਠੱਗ ਅਤੇ ਸਿਆਸੀ ਲੋਕ ਜ਼ਰੂਰ ਉਹ ਘਬਰਾਹਟ ਦੇ ਵਿੱਚ ਆ ਗਏ, ਉਹਨਾਂ ਨੂੰ ਘਬਰਾਹਟ ਸ਼ੁਰੂ ਹੋ ਗਈ ਹੋਗੀ ਕਿ ਇਹ ਕਿਹੜਾ ਹੁਣ ਭਾਣਾ ਵਰਤ ਗਿਆ, ਕਿਉਂਕਿ ਹੁਣ ਤੱਕ ਤਾਂ ਸਰਕਾਰਾਂ ਕਰਕੇ ਬਚਦੇ ਰਹੇ, ਜਿਨ੍ਹਾਂ ਦੇ ਨਾਲ ਠੱਗੀ ਵੱਜੀ ਉਹ ਰੋਂਦੇ ਰਹੇ ਤੜਫਦੇ ਰਹੇ, ਇਨਸਾਫ ਨਹੀਂ ਮਿਲਿਆ। ਫਿਲਮਾਂ ਜ਼ਰੂਰ ਬਣਦੀਆਂ ਰਹੀਆਂ, ਠੱਗਾਂ ਨੇ ਜਿਹੜਾ ਪੈਸਾ ਫਿਲਮਾਂ ਦੇ ਵਿੱਚ ਲਾਇਆ, ਲੇਕਿਨ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਹੁਣ ਲੋਕ ਮਹਿਸੂਸ ਕਰ ਰਹੇ ਨੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਸ਼ੁਰੂ ਕਰ ਦਿੱਤੀ ਆ, ਸਾਡੇ ਪੈਸੇ ਵੀ ਵਾਪਸ ਮੁੜਨਗੇ ਅਤੇ ਜਿੰਨਾ ਠੱਗੀ ਮਾਰੀ ਆ ਉਹ ਸਲਾਖਾਂ ਦੇ ਪਿੱਛੇ ਵੀ ਜਾਣਗੇ। ਅਤੇ ਲਾਜ਼ਮੀ ਤੌਰ 'ਤੇ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਲੋਕ ਇਹ ਸਰਕਾਰ ਚੁਣਦੇ ਨੇ, ਲੋਕਾਂ ਦੀ ਸਰਕਾਰ ਹੁੰਦੀ ਆ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਆ। ਇਹ ਜਿਹੜਾ ਨਾਰਾ ਇਹ ਵੈਸੇ ਆਮ ਆਦਮੀ ਪਾਰਟੀ ਹਰ ਗੱਲ 'ਤੇ ਕਹਿੰਦੇ ਨੇ, ਵੈਸੇ ਸੰਵਿਧਾਨ ਦੀ ਸ਼ੁਰੂਆਤ ਹੀ ਜਿਹੜੀਆਂ ਪਹਿਲੀਆਂ ਲਾਈਨਾਂ ਲਿਖੀਆਂ ਹੁੰਦੀਆਂ ਉਹ ਹੁੰਦਾ ਕਿ ਬਾਏ ਦਾ ਗੌਰਮੈਂਟ, ਔਫ ਦਾ ਗੌਰਮੈਂਟ, ਫੋਰ ਦਾ ਗੌਰਮੈਂਟ, ਪਰ ਲੋਕ ਹਮੇਸ਼ਾ ਤੜਫਦੇ ਰਹਿੰਦੇ ਨੇ। ਪਰ ਹੁਣ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਆ, ਉਮੀਦ ਕਰਦੇ ਹਾਂ ਕਿ ਠੱਗ ਜੇਲ੍ਹਾਂ ਦੇ ਪਿੱਛੇ ਹੋਣਗੇ ਅਤੇ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇਨਸਾਫ ਮਿਲੇਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।